ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇਜਪ੍ਰੀਤ ਟਾਕਸ ਤੇ। ਸੋ ਜਿਹੜੀ ਅੱਜ ਬਾਇਓਗ੍ਰਾਫੀ ਲੈ ਕੇ ਆਇਆ ਮੈਂ ਅਰਸ਼ਦੀਪ ਉਰਫ ਬਿੱਟੂ ਮਹਿਲਕਲਾਂ ਤੇ ਲੈ ਕੇ ਆਇਆ। ਬਾਇਓਗ੍ਰਾਫੀ ਸਟਾਰਟ ਕਰਨ ਤੋਂ ਪਹਿਲਾਂ ਇੱਕ ਕਹਾਣੀ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਆ ਤੁਹਾਡੇ ਮੂਹਰੇ ਪਹਿਲਾਂ ਹੀ ਇਸ ਮਾਧਿਅਮ ਰਾਹੀਂ ਰੱਖ ਦਿੰਦਾ ਕਿ ਜਿਹੜੀਆਂ ਪਹਿਲੀਆਂ ਵੀਡੀਓ ਦੇ ਵਿੱਚ ਕਈ ਇਨਫੋਰਮੇਸ਼ਨਾਂ ਬਿੱਟੂ ਦੇ ਆਧਾਰ ਲਈ ਅਸੀਂ ਦਿੱਤੀਆਂ ਉਹ ਕਾਫੀ ਹੱਦ ਤੱਕ ਰੋਂਗ ਸੀ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਦਿੱਤੀ ਇਨਫੋਰਮੇਸ਼ਨ ਨਾਲ ਕਿਸੇ ਦੇ ਉੱਤੇ ਕੋਈ ਦਾਗ ਲੱਗੇ ਜਾਂ ਠੱਪਾ ਲੱਗੇ। ਉਸ ਲਈ ਅਸੀਂ ਸੌਰੀ ਫੀਲ ਕਰਦੇ ਹਾਂ ਅਤੇ ਅੱਗੇ ਤੋਂ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਪੂਰੀ ਪੜਚੋਲ ਦੇ ਬਾਅਦ ਅਸੀਂ ਜਿਹੜੀ ਤੁਹਾਡੇ ਸਾਹਮਣੇ ਆ ਵੀਡੀਓ ਰੱਖਿਆ ਕਰਾਂਗੇ। ਹੁਣ ਜਿਹੜੀ ਮੈਂ ਤੁਸੀਂ ਇਹਦਾ ਕੰਸੈਪਟ ਪੜ੍ਹ ਲਿਆ ਹੋਊਗਾ ਵੀ ਮਾਪਿਆਂ ਦਾ ਪੁੱਤ ਇਕੱਲਾ ਕਿਵੇਂ ਬਣਿਆ ਅਰਸ਼ਦੀਪ ਤੋਂ ਬਿੱਟੂ ਮਹਿਲਕਲਾਂ, ਕੀ ਲੋੜ ਪੈ ਗਈ ਤੇ ਕਿਵੇਂ ਲੱਗਿਆ ਉਹਦੇ ਨਾਮ ਨਾਲ ਗੈਂਗਸਟਰ ਦੇ ਠੱਪਾ। ਤੇ 2019 ਚ ਇੱਕ ਐਸਾ ਦਿਨ ਆ ਗਿਆ ਸੀ ਜਿਸ ਦਿਨ ਬਿੱਟੂ ਦਾ ਦੁਬਾਰੇ ਜਨਮ ਹੋਇਆ। ਤੁਸੀਂ ਕਹਿ ਲਓ 150-200 ਪੁਲਿਸ ਵਾਲਾ ਉਹਦੇ ਘਰ ਵੜ ਗਿਆ, ਸਿੱਧੀਆਂ ਗੋਲੀਆਂ ਮਾਰੀਆਂ, ਇਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਗੱਲ ਮੈਂ ਪਿੱਛੇ ਰੱਖੂੰਗਾ ਜਾ ਕੇ, ਪਰ ਤੁਸੀਂ ਇਹਦਾ ਇੱਕ ਮੈਂ ਕਲਿੱਪ ਨਾਲ ਅਟੈਚ ਕੀਤਾ ਉਹ ਤੁਸੀਂ ਦੇਖੋ। ਉਸ ਤੋਂ ਬਾਅਦ ਕਹਾਣੀ ਸ਼ੁਰੂ ਕਰਦਿਆਂ, ਕਹਾਣੀ ਇਹ ਆ 2006 ਦੇ ਵਿੱਚ ਕੋਈ ਧੜਾ ਨਹੀਂ ਹੁੰਦਾ, ਆਮ ਸਟੂਡੈਂਟ ਵਾਂਗੂ ਪੜ੍ਹਦਾ ਹੁੰਦਾ ਗਾ ਅਰਸ਼ਦੀਪ ਤੇ ਸਾਰੇ ਪਿਆਰ ਨਾਲ ਮਹਿਲਕਲਾਂ ਦੇ ਵਿੱਚ ਰਹਿੰਦੇ ਹੁੰਦੇ ਆਗੇ। ਹਰਦੀਪ ਮਹਿਲਕਲਾਂ ਦਾ ਦੱਦਾ ਹੁਰ ਕੋਈ ਡਿਸਪਿਊਟ ਹੁੰਦਾ ਜਿਹਦੀ ਸਪੋਰਟ ਦੇ ਉੱਤੇ ਅਰਸ਼ਦੀਪ ਵੀ ਜਾਂਦਾ ਗਾ, ਬਿੱਟੂ ਤੇ ਹੋਰ ਵੀ ਹਰਦੀਪ ਦੇ ਜਿਹੜੇ ਮਿੱਤਰ ਹੁੰਦੇ ਜਿਵੇਂ ਜੈਲੀ ਖਾੜਾ ਜਰਨੈਲ ਸਾਰੇ ਆਏ ਹੁੰਦੇ ਆਗੇ ਉੱਥੇ। ਚਲੋ ਉਹ ਡਿਸਪਿਊਟ ਵੱਧ ਜਾਂਦਾ, ਇਹਨਾਂ ਦੇ ਉੱਤੇ ਪਰਚਾ ਹੋ ਜਾਂਦਾ ਗਾ, ਪਹਿਲਾ ਪਰਚਾ ਜਿਹੜਾ ਹੁੰਦਾ ਗਾ ਉਹ ਪਰਚੇ ਦੇ ਵਿੱਚ ਬੂਟੇ ਦਾ ਨਾਮ ਵੀ ਨਾਮਜ਼ਦ ਕੀਤਾ ਜਾਂਦਾ ਗਾ ਤੇ ਉੱਥੋਂ ਪਰਚਿਆਂ ਦਾ ਜਿਹੜਾ ਸਿਲਸਿਲਾ 2006 ਤੋਂ ਸ਼ੁਰੂ ਹੋ ਜਾਂਦਾ ਗਾ। ਉਸ ਤੋਂ ਬਾਅਦ ਇੱਕ ਨਿਹਾਲੂਵਾਲ ਲੜਾਈ ਹੁੰਦੀ ਆ ਤੇ 6-7 ਦੇ ਵਿੱਚ ਹੀ, ਤੇ ਉਸ ਦੇ ਵਿੱਚ ਵੀ ਇਹਨਾਂ ਦੇ ਉੱਤੇ ਪਰਚਾ ਹੁੰਦਾ ਹੈ, ਭਗੌੜੇ ਹੁੰਦੇ ਆ ਤੇ ਭਗੌੜੇ ਹੋਣ ਕਾਰਨ ਇਹਨਾਂ ਦਾ ਆਪਸੀ ਕੋਈ ਮਨਮਟਾਵ ਹੋ ਜਾਂਦਾ ਗਾ, ਅਲੱਗ ਅਲੱਗ ਹੋ ਜਾਂਦੇ ਹੈਗੇ। ਬਿੱਟੂ ਅਲੱਗ ਹੋ ਜਾਂਦਾ ਗਾ, ਹਰਦੀਪ ਤੇ ਬੂਟਾ ਉਹ ਅਲੱਗ ਹੋ ਜਾਂਦੇ ਹੈਗੇ। ਉਸ ਤੋਂ ਬਾਅਦ ਕੀ ਹੁੰਦਾ ਗਾ 2008 ਦੇ ਵਿੱਚ ਜਿਹੜੀ ਅਰਸ਼ਦੀਪ ਬਿੱਟੂ ਮਹਿਲਕਲਾਂ ਦੀ ਜਿਹੜੀ ਮੁਲਾਕਾਤ ਬੱਟੀ ਨਾਲ ਹੁੰਦੀ ਆ, ਰਸ਼ਪਾਲ ਬੱਟੀ ਨਾਲ, ਬੱਟੀ ਇੱਕ ਤਰ੍ਹਾਂ ਇਹਦੇ ਨਾਲ ਆ ਕੇ ਅਟੈਚ ਹੋ ਜਾਂਦਾ ਗਾ। ਤੇ ਇਹੀ ਉਹ ਦਿਨ ਹੁੰਦੇ ਆ ਲੱਖੀ ਕਾਲੇ ਬੂਲੇ ਵਾਲੇ ਦਾ ਤੇ ਕਾਲੇ ਧਨੌਲੇ ਦਾ ਫਰਕ ਪਿਆ ਹੁੰਦਾ ਗਾ ਨਵਾਂ ਨਵਾਂ। ਫਰਕ ਪਏ ਤੋਂ ਬਾਅਦ ਇੱਕ ਸ਼ੇਰਪੁਰ ਦੇ ਵਿੱਚ ਕੋਈ ਵਾਕਿਆ ਹੋਇਆ ਹੁੰਦਾ ਗਾ ਤੇ ਉਸ ਵਾਕਿਆ ਨੂੰ ਲੈ ਕੇ ਲੱਖੀ ਕਾਲੇ ਬੂਲੇ ਵਾਲਾ ਦੁਕਾਨਾਂ ਬੰਦ ਕਰਾਉਂਦਾ ਹੁੰਦਾ ਗਾ ਤੇ ਇੱਕ ਸ਼ੇਰਪੁਰ ਦੀ ਬਾਣੀ ਹੈ ਆਪਦੇ ਆਪ ਨੂੰ ਉਹ ਵੀ ਕਹਾਉਂਦੇ ਹੁੰਦੇ ਹੈਗੇ, ਉਹ ਲੱਖੀ ਦੇ ਗਲ ਪੈ ਜਾਂਦੇ ਆ ਤੇ ਲੱਖੀ ਇਸ ਚੀਜ਼ ਦੀ ਹੇਠੀ ਮੰਨ ਲੈਂਦਾ ਗਾ। ਉਸ ਤੋਂ ਬਾਅਦ ਦੋਸਤੀ ਦਾ ਹੱਥ ਵਧਾਉਣ ਲਈ ਅੰਮ੍ਰਿਤ ਦੇ ਕਹੇ ਤੇ ਲੱਖੀ ਬਿੱਟੂ ਮਹਿਲਕਲਾਂ ਨੂੰ ਮਿਲਦਾ ਤੇ ਉਸ ਤੋਂ ਸਾਥ ਕਹਿ ਲਓ, ਭਾਈਚਾਰਾ ਕਹਿ ਲਓ, ਮੰਗ ਲਓ ਤੇ ਇਹ ਚੀਜ਼ ਦਾ ਵੀ ਲੱਖੀ ਕਹਿੰਦਾ ਹੁੰਦਾ ਵੀ ਮੇਰੇ ਨਾਲ ਇਹ ਕੰਮ ਕਰਾਤਾ ਉਹ ਸ਼ੇਰਪੁਰ ਦੇ ਬਾਣੀਆਂ ਤੋਂ ਕਾਲੇ ਦੇ ਕਾਲੇ ਨੇ ਵੀ ਤੁਸੀਂ ਇਹ ਚੀਜ਼ ਦਾ ਜਿਹੜਾ ਗਾ ਤੁਸੀਂ ਮੇਰਾ ਸਾਥ ਦਿਓ, ਇਹ ਚੀਜ਼ ਦਾ ਮੈਂ ਆਪਾਂ ਬਦਲਾ ਲੈਣਾ ਗਾ। ਚਲੋ ਬਿੱਟੂ ਹੁਣੀ ਹਾਂ ਵੀ ਕਰਦੇ ਆ ਤੇ ਕੰਮ ਨੂੰ ਅੰਜਾਮ ਵੀ ਦਿੰਦੇ ਆ। ਬਿੱਟੂ ਬੱਟੀ ਇਹ ਤੇ ਨਾਲ ਹੋਰ ਭਰਾ ਹੁੰਦੇ ਹੈਗੇ ਇਹਨਾਂ ਦੇ, ਇਹ ਜਾ ਕੇ ਸ਼ੇਰਪੁਰ ਉਹਨਾਂ ਦੇ ਸ਼ੋਅਰੂਮ ਨੂੰ ਅੱਗ ਲਾ ਦਿੰਦੇ ਹੈਗੇ। ਕਾਫੀ ਉਹਨਾਂ ਦਾ ਕੱਪੜੇ ਦਾ ਲੱਖਾਂ ਦੇ ਵਿੱਚ ਨੁਕਸਾਨ ਹੋ ਜਾਂਦਾ ਗਾ। ਉਹ ਚੀਜ਼ ਤੋਂ ਬਾਅਦ ਸ਼ੇਰਪੁਰ ਦੇ ਵਿੱਚ ਲੱਖੀ ਕਾਲਿਆ ਬੂਲਾ ਵੀ ਅਪਡੇਟ ਹੋ ਜਾਂਦਾ ਗਾ ਤੇ ਬਿੱਟੂ ਮਹਿਲਕਲਾਂ ਦਾ ਵੀ ਪੂਰਾ ਜਾਣੀ ਕਿ ਅਪਡੇਟ ਸਿਸਟਮ ਹੋ ਜਾਂਦਾ ਗਾ ਇਹਨਾਂ ਦਾ। ਹੁਣ ਦੂਸਰੇ ਪਾਸੇ ਜਿਹੜਾ ਤੜਾ ਇਹਨਾਂ ਤੋਂ ਅਲੱਗ ਹੋਇਆ ਹੁੰਦਾ ਗਾ ਬੂਟੇ ਤੇ ਹਰਦੀਪ ਦਾ, ਤੇ ਆਪਸ ਦੇ ਵਿੱਚ ਇਹਨਾਂ ਦੀਆਂ ਇੱਕ ਦੂਜੇ ਦੇ ਮਨਾਂ ਤੇ ਖਾਰਾਂ ਚੱਲਣ ਲੱਗ ਜਾਂਦੀਆਂ ਨੇਗੀਆਂ ਵੀ ਮੈਂ ਵੱਧ ਕਾਫੀ ਉਧਰੋਂ ਪ੍ਰਚਾਰ ਹੋਣ ਲੱਗ ਜਾਂਦਾ ਗਾ ਵੀ ਅਸੀਂ ਜਿਹੜਾ ਕਿ ਬਿੱਟੂ ਮਹਿਲਕਲਾਂ ਇਹਦਾ ਨੁਕਸਾਨ ਕਰਨਾ ਗਾ। ਪਰ ਹਾਲਾਂਕਿ ਬਿੱਟੂ ਦੇ ਮੂੰਹੋਂ ਇਹ ਗੱਲ ਨਹੀਂ ਕਹੀ ਜਾਂਦੀ ਵੀ ਮੈਂ ਕਿਸੇ ਦਾ ਨੁਕਸਾਨ ਕਰਨਾ ਗਾ। ਉਸ ਸਮੇਂ ਬਾਅਦ ਇੱਕ ਪਾਸੇ ਇਹਦਾ ਬਿੱਟੂ ਦਾ ਜਿਹੜਾ ਸਰਕਲ ਆ ਲੱਖੀ ਨਾਲ ਪੈਚ ਅਪ ਹੋ ਕੇ
ਹੁੰਦਾ ਹੈਗਾ ਤੇ ਦੂਸਰੇ ਪਾਸੇ ਬਿੱਟੂ ਦਾ ਜਿਹੜਾ ਠੋਸ ਸਰਕਲ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ ਮੋਗੇ ਵਾਲਾ ਜਿਹਦੇ ਵਿੱਚ ਮਿੱਡਾ ਰੌਤਾ ਬੇਅੰਤ ਡਾਲੇ ਵਾਲਾ ਲਖਾਰੀ ਬੱਧਣੀ ਵਾਲਾ ਰਾਜੂ ਗੰਜਾ ਮੋਗਾ ਇਹ ਸਾਰੇ ਹੁੰਦੇ ਹੈਗੇ ਸੁੱਖਾ ਬੱਧਣੀ ਵਾਲਾ ਜੋ ਕਿ ਅੱਜ ਆਸਟ੍ਰੇਲੀਆ ਦੇ ਵਿੱਚ ਹੈਗਾ ਚਲੋ ਸ਼ੇਰਪੁਰ ਵਾਲੇ ਕਾਂਡ ਦੇ ਬਾਅਦ ਜਿਵੇਂ ਕਹਿੰਦੇ ਹੁੰਦੇ ਨਾ ਵੀ ਬੰਦੇ ਜਦੋਂ ਇਹ ਲਾਈਨ ਦੇ ਵਿੱਚ ਬੰਦਾ ਵੜ ਜੇ ਇਹ ਫਿਰ ਲਾਈਨ ਇਹੋ ਜਿਹੀ ਹੈਗੀ ਵੀ ਬੰਦੇ ਦਾ ਖਹਿੜਾ ਨਹੀਂ ਛੱਡਦੀ ਬੰਦੇ ਨੂੰ ਮਗਰ ਮਗਰ ਹੀ ਚੱਲਣਾ ਪੈਂਦਾ ਕਿਉਂਕਿ ਜਦੋਂ ਬੰਦਾ ਅਪਡੇਟ ਹੋ ਜਾਂਦਾ ਫਿਰ ਉਹਨੂੰ ਉਹਨਾਂ ਹੀ ਅਪਡੇਟ ਰਹਿਣਾ ਪੈਂਦਾ ਹੈਗਾ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਬੇਅੰਤ ਦਾ ਡਿਸਪਿਊਟ ਪੈ ਜਾਂਦਾ ਹੈਗਾ ਡਾਲੇ ਪਿੰਡ ਦੇ ਵਿੱਚ ਰਾਜੂ ਡਾਲੇ ਨਾਲ ਆਪਸ ਦੇ ਵਿੱਚ ਉਹ ਫੈਰੋ ਫੈਰੀ ਹੋ ਜਾਂਦੇ ਆ ਤੇ ਉਧਰਲੇ ਪਾਸੇ ਉਦੋਂ ਮੋਗੇ ਸਾਈਡ ਦੇ ਵਿੱਚ ਬਾਰੇ ਵਾਲੀ ਟੋਨਾ ਰਾਜੂ ਡਾਲੇ ਵਾਲਾ ਤੇ ਨੀਲਾ ਕਬਾੜੀ ਆ ਮੋਗਾ ਇਹ ਵੀ ਪੂਰੇ ਆਪਦੇ ਆਪ ਨੂੰ ਕਹਾਉਂਦੇ ਹੁੰਦੇ ਸੀ ਤੇ ਘੱਟ ਉਹ ਟਾਈਮ ਦੇ ਵਿੱਚ ਬਿੱਟੂ ਹੋਣੀ ਵੀ ਨਹੀਂ ਸੀਗੇ ਤੇ ਲਖਾਰੀ ਦੇ ਕਹਿਣ ਤੇ ਬੇਅੰਤ ਡਾਲੇ ਵਾਲਾ ਬਿੱਟੂ ਹੋਣਾ ਕੋਲੇ ਆ ਜਾਂਦਾ ਤੇ ਉਧਰੋਂ ਨੀਲੇ ਕਬਾੜੀ ਉਹਨਾਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਉਹਨਾਂ ਵੱਲੋਂ ਬਿੱਟੂ ਨੂੰ ਮੈਸੇਜ ਲਵਾਇਆ ਜਾਂਦਾ ਹੈਗਾ ਵੀ ਜਿਹੜਾ ਤੁਹਾਡੇ ਕੋਲ ਬੇਅੰਤ ਆਇਆ ਉਹਨੂੰ ਵਾਪਸ ਭੇਜ ਦਿਓ ਇੱਥੋਂ ਕਿਉਂਕਿ ਉਹ ਰਾਜੂ ਦੀ ਸਪੋਰਟ ਤੇ ਬੇਅੰਤ ਦਾ ਨੁਕਸਾਨ ਕਰਨਾ ਚਾਹੁੰਦੇ ਹੁੰਦੇ ਆ ਤੇ ਬਿੱਟੂ ਉਹਨਾਂ ਨੂੰ ਗੱਲ ਕਲੀਅਰ ਕਰ ਦਿੰਦਾ ਹੈਗਾ ਵੀ ਸਾਡਾ ਭਰਾ ਸਾਡੇ ਕੋਲ ਆਇਆ ਅਸੀਂ ਨਹੀਂ ਕਹਿੰਦੇ ਤੇ ਇਹਨਾਂ ਦੀ ਜਦ ਬਹਿਸ ਇੰਨੀ ਵੱਧ ਜਾਂਦੀ ਹੈ ਕਿ ਟਾਈਮ ਬੰਨਣ ਤੱਕ ਨੌਬਤ ਆ ਜਾਂਦੀ ਆ ਟਾਈਮ ਬੰਨਣ ਤੱਕ ਨੌਬਤ ਤੋਂ ਬਾਅਦ ਬਿਲਾਸਪੁਰ ਦਾ ਟਾਈਮ ਰੱਖਿਆ ਜਾਂਦਾ ਹੈਗਾ ਜਿਹਦੇ ਵਿੱਚ ਬੱਟੀ ਮਹਿਲਕਲਾ ਬਿੱਟੂ ਜੱਸਾ ਬਿਲਾਸਪੁਰੀਆ ਲੱਖੀ ਕਾਲੇ ਬੂਲੇ ਵਾਲਾ ਤੇ ਜਿੰਨੇ ਇਹਨਾਂ ਦਾ ਮੋਗਾ ਸਾਈਡ ਬੇਅੰਤ ਡਾਲਾ ਤੇ ਆਪਣੇ ਲਖਾਰੀ ਬੱਧਣੀ ਹੋਣੀ ਇਹ ਸਾਰੇ ਮਤਲਬ ਪੂਰੀ ਤਿਆਰੀ ਨੇ ਉੱਥੇ ਵਧੀਆ ਜਾਣੀ ਕਿ ਆਪਦੇ ਲੈ ਕੇ ਅਸਲੀ ਵੈਪਨ ਜਿੰਨੇ ਕਿ ਪਹੁੰਚ ਜਾਂਦੇ ਹੈਗੇ ਤੇ ਮੂਹਰੋਂ ਉੱਪਰ ਰਾਜੂ ਹੋਣੀ ਉਹਨਾਂ ਦੇ ਬੰਦੇ ਇਹ ਚੀਜ਼ ਸਕਿੱਪ ਕਰ ਜਾਂਦੇ ਆ ਕਿਤੋਂ ਨਾ ਕਿਤੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜਾਂਦੀ ਹੈ ਵੀ ਤਿਆਰੀ ਉਹਨਾਂ ਦੀ ਵੀ ਕਾਫੀ ਆ ਉਸ ਤੋਂ ਬਾਅਦ ਕੀ ਹੁੰਦਾ ਹੈਗਾ ਕੋਈ ਗਏ ਹੁੰਦੇ ਆ ਕਿ ਮੋਗੇ ਮੋਗੇ ਜਾਂ ਤਾਂ ਇਹਨਾਂ ਦੀ ਕੋਈ ਟਿਪ ਆਫ ਦਿੱਤੀ ਜਾਂਦੀ ਹੈ ਕਿਸੇ ਵੱਲੋਂ ਵੀ ਜਿਵੇਂ ਆਪਾਂ ਕਹਿ ਦਈਏ ਕੋਈ ਟੋਟੀ ਮਾਰੀ ਜਾਂਦੀ ਹੈਗੀ ਜਾਂ ਕੁਦਰਤੀ ਟਾਕਰੇ ਹੋ ਜਾਂਦੇ ਆ ਜਦੋਂ ਇਹ ਮੋਗੇ ਤੋਂ ਮੁੜਦੇ ਆ ਉਹ ਹੀ ਸਾਰੇ ਬੰਦੇ ਹੁੰਦੇ ਆ ਗੱਡੀ ਦੇ ਵਿੱਚ ਅਵਿਨਾਸ਼ ਸਰਪੰਚ ਮੰਗਲ ਧੂਰਕੋਟ ਮੋਗਾ ਤੇ ਮਿੱਡਾ ਰੌਤੇ ਵਾਲਾ ਲਖਾਰੀ ਬੱਧਣੀ ਬੇਅੰਤ ਡਾਲਾ ਇਹ ਜਦੋਂ ਗੱਡੀ 'ਚ ਜਦੋਂ ਆਉਂਦੇ ਹੁੰਦੇ ਹੈਗੇ ਵਾਪਸ ਮੋਗੇ ਤੋਂ ਗੱਡੀ ਜਦੋਂ ਬੱਧਣੀ ਵੱਲ ਨੂੰ ਪਾਈ ਜਾਂਦੀ ਆ ਬੁੱਗੀਪੁਰ ਵਾਲੇ ਫਾਟਕਾਂ ਕੋਲੇ ਜਦੋਂ ਲਖਾਰੀ ਦੀ ਨਿਗਾਹ ਪੈਂਦੀ ਹੈਗੀ ਕਹਿੰਦਾ ਵੀ ਰਾਜੂ ਹੁਣੀ ਖੜੇ ਆ ਜਿਵੇਂ ਸਾਸਰੀ ਗੱਲ ਕਰਦਾ ਤੇ ਇਹਨਾਂ ਕੋਲੇ ਵੀ ਅਸਲਾ ਵਧੀਆ ਹੁੰਦਾ ਹੈਗਾ ਤੇ ਉਹਨਾਂ ਦੀ ਉਹਨਾਂ ਕੋਲੇ ਵੀ ਦੋ ਤਿੰਨ ਗੱਡੀਆਂ ਹੁੰਦੀਆਂ ਨੇਗੀ ਪੂਰੀ ਤਿਆਰੀ ਹੁੰਦੀ ਆ ਚੱਲ ਬਿੱਟੂ ਗੱਡੀ 'ਚ ਉਤਰਦਾ ਉਤਰ ਕੇ ਬਿੱਟੂ ਫਾਇਰ ਮਾਰਦਾ ਜਦੋਂ ਫਾਇਰ ਮਾਰਦਾ ਇਹਨਾਂ ਦੀ ਆਪਸ ਦੇ ਵਿੱਚ ਸਿੱਧੀ ਗੋਲੀ ਚੱਲ ਪੈਂਦੀ ਆ ਹੁਣ ਸਾਰੇ ਬੰਦੇ ਇਹਨਾਂ ਦੇ ਵੱਖੋ ਵੱਖਰੀ ਪੋਜੀਸ਼ਨ ਲੈ ਲੈਂਦੇ ਆ ਬਿੱਟੂ ਜਿੱਥੇ ਪੋਜੀਸ਼ਨ ਲੈਣ ਲੱਗਦਾ ਹੁੰਦਾ ਉੱਥੇ ਕੁਦਰਤੀ ਬੱਟੀ ਪੋਜੀਸ਼ਨ ਲੈ ਲੈਂਦਾ ਤੇ ਬਿੱਟੂ ਨਰਾਲਾ ਖੜਾ ਹੁੰਦਾ ਗਾ ਰੇਲ ਦੇ ਗਾਟਰ ਕੋਲੇ ਖੜ ਕੇ ਸਿੱਧੀਆਂ ਗੋਲੀਆਂ ਚਲਾ ਰਿਹਾ ਹੁੰਦਾ ਚੱਲਦੀ ਚੱਲਦੀ ਗੋਲੀ ਦੇ ਵਿੱਚ ਟ੍ਰੇਨ ਆ ਜਾਂਦੀ ਆ ਜਦੋਂ ਟ੍ਰੇਨ ਆ ਜਾਂਦੀ ਆ ਤੇ ਜਿਵੇਂ ਆਪਾਂ ਨਿਢਾਲ ਹੋ ਜਾਂਦੇ ਵੀ ਚੱਲੇ ਟ੍ਰੇਨ ਆ ਗਈ ਬਿੱਟੂ ਜਦੋਂ ਪਿੱਛੇ ਨਿਕਲਣ ਲੱਗਦਾ ਹੈਗਾ ਉਹ ਫਾਟਕ ਦੇ ਗੇਟ ਤੋਂ ਥੱਲੇ ਦੀ ਹੋ ਕੇ ਤੇ ਇੱਕ ਗੋਲੀ ਆ ਕੇ ਉਹਦੇ ਲੱਤ 'ਚ ਵੱਜਦੀ ਹੈਗੀ ਤੇ ਚਲੋ ਉਸ ਤੋਂ ਬਾਅਦ ਫਾਇਰਿੰਗ ਬੰਦ ਨਹੀਂ ਹੁੰਦੀ ਕਾਫੀ ਗੋਲੀਆਂ ਚੱਲਦੀਆਂ ਨੇਗੀਆਂ ਉੱਥੇ ਉਹ ਵੀ ਨਿਕਲ ਜਾਂਦੇ ਉਦੋਂ ਬਾਅਦ ਇਹ ਆ ਜਾਂਦੇ ਹੈਗੇ ਵਾਪਸ ਆ ਜਾਂਦੇ ਹੈਗੇ ਵਾਪਸ ਆਉਣ ਤੋਂ ਬਾਅਦ ਬਿੱਟੂ ਦਾ ਜਿਹੜਾ ਹੈਗਾ ਟ੍ਰੀਟਮੈਂਟ ਚੱਲਦਾ ਹੁੰਦਾ ਹੈਗਾ ਲੱਤ ਦਾ ਚੱਲਦੇ ਟ੍ਰੀਟਮੈਂਟ ਦੇ ਵਿੱਚ ਬਿੱਟੂ ਘਰੇ ਹੁੰਦਾ ਆਪਦੇ ਤੇ ਮਾਨੇ ਦਾ ਕਲੇਸ਼ ਪੈ ਜਾਂਦਾ ਹੈਗਾ ਬੱਟੀ ਤੇ ਲਖਾਰੀ ਨਾਲ ਜਦੋਂ ਇਹਨਾਂ ਦਾ ਆਪਸ ਦੇ ਵਿੱਚ ਰੌਲਾ ਪੈ ਜਾਂਦਾ ਹੈਗਾ ਤੇ ਬਿੱਟੂ ਨੂੰ ਫੋਨ ਆਉਂਦਾ ਹੈਗਾ ਹਰਦੀਪ ਦਾ ਵੀ ਅਸੀਂ ਬੱਟੀ ਦੇ ਘਰ ਵੜਨਾ ਹੈਗਾ ਤੇ ਬਿੱਟੂ ਉੱਥੇ ਗੱਲ ਕਹਿ ਦਿੰਦਾ ਵੀ ਜੇ ਘਰੇ ਵੜਨ ਵਾਲੀ ਗੱਲ ਆ ਤਾਂ ਫਿਰ ਤੁਸੀਂ ਉਹ ਨੋਟ ਕਰ ਲਓ ਜੇ ਊਂ ਕੋਈ ਬਹਿ ਕੇ ਗੱਲ ਕਰਨ ਵਾਲੀ ਆ ਉਹ ਨਿਬੇੜ ਦਿੰਦੇ ਹੈਗੇ ਪਰ ਉਹ ਟਾਈਮ ਦੇ ਵਿੱਚ ਜਦੋਂ ਇਹ ਇਕੱਠੇ ਹੋ ਕੇ ਬੱਟੀ ਕੋਲ ਜਾਂਦੇ ਹੈਗੇ ਕਿਉਂਕਿ ਬੱਟੀ ਦਾ ਬਿੱਟੂ ਦਾ ਇਹਨਾਂ ਦਾ ਸਰਕਲ ਸਾਰਾ ਸੇਮ ਹੁੰਦਾ ਸੀਗਾ ਜਦੋਂ ਸਰਕਲ ਸੇਮ ਹੁੰਦਾ ਸੀ ਤਾਂ ਸਾਰੇ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੁੰਦਾ ਸੀ ਅਸਲੀ ਵੀ ਇਹਨਾਂ ਕੋਲ ਪੂਰੇ ਪ੍ਰੋਪਰ ਵਧੀਆ ਹੁੰਦੇ ਸੀਗੇ 12 ਬੋਰ 315 ਬੋਰ 452 ਬੋਰ ਸਾਰਾ ਸਿਸਟਮ ਇਹਨਾਂ ਦਾ ਤਾਮਾ ਜਾਮਾ ਜਿਵੇਂ ਘੈਂਟ ਰੱਖਿਆ ਹੁੰਦਾ ਸੀਗਾ ਤੇ ਜਦੋਂ ਬੱਟੀ ਦੇ ਘਰੇ ਜਾਣ ਲੱਗਦੇ ਹੈਗੇ ਤਾਹਾਂ ਤੋਂ ਬੱਟੀ ਫਾਇਰ ਮਾਰਦਾ ਹੈਗਾ ਤੇ ਉਹ ਫਾਇਰ ਦੇ ਵਿੱਚ ਬੂਟੇ ਦੇ ਸ਼ਰੀ ਲੱਗ ਜਾਂਦੇ ਹੈਗੇ ਸ਼ਰਲੀ ਜਿਹਨੂੰ ਆਪਾਂ ਕਹਿ ਦਈਏ ਉਦੋਂ ਨੂੰ ਬਿੱਟੂ ਦੇ ਕਹਿਣ ਤੇ ਜਸ਼ਨਾ ਬਜੀਤ ਕੇ ਜੱਸਾ ਬਿਲਾਸਪੁਰ ਇਹ ਆ ਜਾਂਦੇ ਆ ਤੇ ਫਿਰ ਇਹਨਾਂ ਦੀ ਫਾਇਰਿੰਗ ਹੋ ਜਾਂਦੀ ਹੈਗੀ ਹਾਲਾਂਕਿ ਜਿਹੜੀਆਂ ਡੀਪਲੀ ਗੱਲਾਂ ਉਹ ਮੈਂ ਨਹੀਂ ਕਰੂੰਗਾ ਕਾਰਨ ਕੀ ਆ ਮੈਂ ਨਹੀਂ ਚਾਹੁੰਗਾ ਕਿ ਪੁਰਾਣੇ ਜ਼ਖਮ ਖਰੀਦੇ ਜਾਣ ਮੈਂ ਸਿਰਫ ਦੱਸ ਰਿਹਾ ਹੈਗਾ ਜਿਹੜੀ ਇਹ ਬਾਇਓਗ੍ਰਾਫੀ ਦੇ ਵਿੱਚ ਜੋ ਜੋ ਚੀਜ਼ਾਂ ਹੋ ਜਾਣਗੀਆਂ ਤੇ ਉਸ ਲੜਾਈ ਦੇ ਵਿੱਚ ਮੱਝ ਮਰ ਜਾਂਦੀ ਹੈਗੀ ਕਿਸੇ ਬੰਦੇ ਦੇ ਬਿਆਨਾਂ ਦੇ ਦੋਨਾਂ ਧਿਰਾਂ ਦੇ ਪਰਚੇ ਹੋ ਜਾਂਦੇ ਹੈਗੇ
ਤੇ ਉਸ ਤੋਂ ਬਾਅਦ ਪਰਚੇ ਹੋਣ ਤੋਂ ਬਾਅਦ ਲੱਖੀ ਕਾਲੇ ਬੂਲੇ ਵਾਲੇ ਦਾ ਫਿਰ ਫੋਨ ਆ ਜਾਂਦਾ ਹੈਗਾ ਕੁਛ ਟਾਈਮ ਬਾਅਦ ਬਿੱਟੂ ਉਹਨਾਂ ਨੂੰ ਵੀ ਅੱਜ ਟੈਂਡਰਾਂ ਦਾ ਇੱਥੇ ਮਸਲਾ ਹੈਗਾ ਇੱਥੇ ਕਾਲੇ ਧੌਲੇ ਨੇ ਵੀ ਆਉਣਾ ਤੇ ਇੱਥੇ ਆਪਣੀ ਖੜਕੂਗੀ ਵੀ ਤੁਸੀਂ ਆ ਜਿਓ ਚਲੋ ਉੱਥੇ ਕਾਲੇ ਦੇ ਬੰਦੇ ਵੀ ਹੁੰਦੇ ਜਿਵੇਂ ਲੱਖੇ ਸਧਾਣੇ ਹੋਣੀ ਬਿੱਟੂ ਹੋਣੀ ਵੀ ਹੁੰਦੇ ਹੈਗੇ ਇੱਧਰੋਂ ਲੱਖੀ ਨਾਲ ਚਲੇ ਜਾਂਦੇ ਹੈਗੇ ਤੇ ਇਹਨਾਂ ਦੀ ਉੱਥੇ ਖੜਕ ਪੈਂਦੀ ਹੈ ਜਿਵੇਂ ਕਿ ਮੈਂ ਪਹਿਲੀ ਬਾਇਓਗ੍ਰਾਫੀ ਦੇ ਵਿੱਚ ਦੱਸ ਕੇ ਹਟਿਆਂਗੇ ਬਿੱਟੂ ਹੋਣੀ ਪੂਰੀਆਂ ਗੋਲੀਆਂ ਚਲਾਉਂਦੇ ਹੈਗੇ ਲੱਖੀ ਹੋਣੀ ਪੂਰੀਆਂ ਗੋਲੀਆਂ ਚਲਾਉਂਦੇ ਹੈਗੇ ਤੇ ਕਾਲੇ ਦੀ ਗੱਡੀ ਵੀ ਉਹ ਲੜਾਈ ਚਲਾਏ ਜਾਂਦੇ ਹੈਗੇ ਲੱਖਾਂ ਤਾਂ ਚਲੋ ਪਹਿਲਾਂ ਹੀ ਨਿਕਲ ਜਾਂਦਾ ਹੈਗਾ ਲੜਾਈ ਦੇ ਵਿੱਚੋਂ ਗੱਡੀ ਲੈ ਕੇ ਤੇ ਲੜਾਈ ਦੇ ਵਿੱਚ ਜਿਵੇਂ ਕਮਲ ਮੁੰਡਾ ਗਾ ਕਮਲ ਮੁੰਡਾ ਧਲੋਲੇ ਦਾ ਉਹਦੀ ਅੱਖ 'ਚ ਇਸ਼ਾਰੇ ਪੈਂਦੇ ਹੈਗੇ ਤੇ ਬਖਤਗੜ੍ਹ ਦਾ ਹੁੰਦਾ ਮਿੰਟੂ ਉਹਦੇ ਗੋਲੀ ਲੱਗਦੀ ਇੱਧਰੋਂ ਬੱਟੀ ਮਿਲਕਲਾਂ ਦੇ ਗੋਲੀ ਲੱਗਦੀ ਹੈ ਪੂਰੀ ਮਤਲਬ ਪ੍ਰੋਪਰ ਫਾਇਰੋ ਫਾਇਰੀ ਕੰਮ ਹੁੰਦਾ ਗਾ ਇਹਨਾਂ ਦਾ ਚਲੋ ਉਹ ਪਰਚਿਆਂ ਦੇ ਵਿੱਚੋਂ ਵੀ ਭਗੌੜੇ ਹੁੰਦੇ ਹੈਗੇ ਭਗੌੜੇ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਧੜੇ ਹੁੰਦੇ ਆ ਵਿਰੋਧੀ ਧੜੇ ਹੁੰਦੇ ਆ ਉਹ ਕਿਸੇ ਨਾ ਕਿਸੇ ਤਰੀਕੇ ਚਾਹੁੰਦੇ ਹੁੰਦੇ ਹੈਗੇ ਵੀ ਜਿਹੜਾ ਬਿੱਟੂ ਦਾ ਵਧੀਆ ਪੱਧਰ 'ਤੇ ਜਿਹੜਾ ਡਿਸਪਿਊਟ ਆ ਉਹ ਵੀਲੇ ਵਾਲੇ ਰੈਂਕੂ ਨਾ ਅਤੇ ਲੈਂਬਰ ਨਾ ਪਵੇ ਅਤੇ ਕਾਫੀ ਚੀਜ਼ਾਂ ਇੱਦਾਂ ਦੀਆਂ ਵੀ ਟ੍ਰੈਜਡੀ ਹੋ ਜਾਂਦੀਆਂ ਇੱਕ ਵਾਰ ਇੱਕ ਦੋ ਵਾਰ ਬਿੱਟੂ ਦਾ ਟਰੈਪ ਲੱਗਦਾ ਜਿਵੇਂ ਬਿੱਟੂ ਗੱਡੀ ਲਈ ਜਾਂਦਾ ਹੁੰਦਾ ਹੈਗਾ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਬਿੱਟੂ ਦੀ ਗੱਡੀ 'ਚ ਫਾਇਰ ਵੱਜਦਾ ਗਾ ਉਹ ਕਿਸੇ ਨੇ ਪੱਕੀ ਇਨਫੋਰਮੇਸ਼ਨ ਦਿੱਤੀ ਹੁੰਦੀ ਆ ਜਿੰਨਾ ਕਿ ਇਹਨਾਂ ਕੋਲ ਅਸਲਾ ਗਾ ਉਸ ਤੋਂ ਬਾਅਦ ਕੀ ਹੁੰਦਾ ਗਾ ਬਿੱਟੂ ਮੱਥਾ ਟੇਕਣ ਜਾਂਦਾ ਗਾ ਪੀਰਾਂ ਦੀ ਜਗ੍ਹਾ 'ਤੇ ਅਤੇ ਪ੍ਰੋਪਰ ਪਤਾ ਹੁੰਦਾ ਵੀ ਅੱਜ ਬਿੱਟੂ ਨੇ ਆਉਣਾ ਗਾ ਬੱਟੀ ਹੁੰਦਾ ਗਾ ਬਿੱਟੂ ਹੁੰਦਾ ਗਾ ਜਸ਼ਨਾ ਹੁੰਦਾ ਲਿਖਾਰੀ ਬੱਧਣੀ ਵਾਲਾ ਹੁੰਦਾ ਗਾ ਅਤੇ ਇਹ ਜਾਂਦੇ ਆ ਜਦੋਂ ਇਹਨਾਂ ਕੋਲ ਵੀ ਵੈਪਨ ਹੁੰਦੇ ਆ ਅਸਲੀ ਹੁੰਦੇ ਹੈਗੇ ਅਤੇ ਉੱਥੇ ਵੀ ਪੂਰੀ ਫੀਲਡਿੰਗ ਇਹਨਾਂ ਦੇ ਸਿਵਿਆਂ ਕੋਲ ਲੱਗੀ ਹੁੰਦੀ ਹੈਗੀ ਬਿੱਟੂ ਦੇ ਨੁਕਸਾਨ ਲਈ ਅਤੇ ਉਹਦੇ ਵਿੱਚ ਕੁਛ ਬੰਦੇ ਲੈਂਬਰ ਨੇ ਮਦਦ ਕਰੀ ਹੁੰਦੀ ਆ ਭੇਜੇ ਹੁੰਦੇ ਆ ਕੁਛ ਬੰਦੇ ਹੁੰਦੇ ਹੈਗੇ ਵਿਹਲ ਵਾਲੇ ਰਿੰਕੂ ਦੇ ਅਤੇ ਇਹਨਾਂ ਨੂੰ ਚਲੋ ਪਤਾ ਹੁੰਦਾ ਗਾ ਪਤਾ ਲੱਗ ਜਾਂਦਾ ਗਾ ਚੁਕੰਨੇ ਹੋ ਜਾਂਦੇ ਆ ਕੁਛ ਹਰੇਕ ਬੰਦੇ ਦੀਆਂ ਸੀ ਆਈਡੀਆਂ ਜਿਵੇਂ ਹੁੰਦੀਆਂ ਨੇਗੀਆਂ ਅਤੇ ਉੱਥੇ ਫਿਰ ਇਹਨਾਂ ਦੀ ਗੋਲੀ ਚੱਲਦੀ ਆ ਉਹ ਗੋਲੀ ਦੇ ਵਿੱਚ ਕੁਛ ਕੁ ਸ਼ਰਲੇ ਫਿਰ ਬੂਟੇ ਦੇ ਲੱਗਦੇ ਹੈਗੇ ਉਹ ਗੋਲੀ ਦੇ ਮੈਟਰ ਤੋਂ ਬਾਅਦ ਇਹਨਾਂ ਦਾ ਜਿਹੜਾ ਸਿਸਟਮ ਆ ਵੀ ਉਹ ਪੂਰਾ ਜਿਵੇਂ ਹਾਈ ਲੈਵਲ 'ਤੇ ਹੋ ਜਾਂਦਾ ਗਾ ਬਿੱਟੂ ਥੋੜ੍ਹਾ ਟਾਈਮ ਫਿਰ ਜੇਲ੍ਹ ਜਾਂਦਾ ਜੇਲ੍ਹ ਦੇ ਵਿੱਚੋਂ ਵਾਪਸ ਆਉਂਦਾ ਗਾ ਅਤੇ ਬਿੱਟੂ ਦੇ ਡੈਡੀ ਦੀ ਡੈਥ ਹੋ ਚੁੱਕੀ ਹੁੰਦੀ ਹੈਗੀ ਡੈਥ ਤੋਂ ਬਾਅਦ ਬਿੱਟੂ ਦੇ ਜਿਹੜੇ ਬੰਦੇ ਹੁੰਦੇ ਆ ਉਹਨੂੰ ਸਮਝਾਉਂਦੇ ਹੁੰਦੇ ਵੀ ਹੁਣ ਬਥੇਰਾ ਜੋ ਕਰਨਾ ਸੀ ਕਰ ਲਿਆ ਹੁਣ ਤੂੰ ਰਹਿਣ ਦੇ ਵੀ ਆਪਦਾ ਘਰੇ ਟਿਕ ਜਾ ਇਹ ਗੋਲੀਆਂ ਸਿਲਸਿਲੇ ਚੱਲਦੇ ਚੱਲਦੇ ਨੂੰ 2011 ਚੜ੍ਹ ਜਾਂਦਾ ਗਾ 8 ਤੋਂ ਕਿਉਂਕਿ 6 'ਚ ਸਟਾਰਟਿੰਗ ਹੋਈ ਹੁੰਦੀ ਆ 8 'ਚ ਪੂਰਾ ਇਹਨਾਂ ਦਾ ਕੰਮ ਮਗਿਆ ਹੁੰਦਾ ਗਾ ਵੀ ਇਹ ਸਿਲਸਿਲਾ ਚੱਲਦਾ ਚੱਲਦਾ ਨੂੰ 2011 ਚੜ੍ਹ ਜਾਂਦਾ ਗਾ ਇੱਕ ਤਰੀਕ ਤੋਂ ਹੁੰਦਾ ਗਾ ਬਿੱਟੂ ਅਤੇ ਉਸ ਦਿਨ ਬਿੱਟੂ ਦੇ ਗੇਟ ਦੇ ਵਿੱਚ ਦੋ ਗੱਡੀਆਂ ਗੇੜੇ ਦੇ ਜਾਂਦੀਆਂ ਨੇਗੀਆਂ ਇੱਕ ਸਕੋਰਪੀਓ ਹੁੰਦੀ ਹੈਗੀ ਜੈੱਡ ਬਲੈਕ ਸ਼ੀਸ਼ੇ ਵਾਲੀ ਅਤੇ ਦੋਨੇ ਸਕੋਰਪੀਓ ਹੁੰਦੀਆਂ ਨੇਗੀਆਂ ਜੈੱਡ ਬਲੈਕ ਸ਼ੀਸ਼ੇ ਹੁੰਦੇ ਉਹਨਾਂ ਦੇ ਗੇ ਉਸ ਟਾਈਮ ਦੇ ਵਿੱਚ ਇਹ ਇਕੱਠੇ ਹੁੰਦੇ ਹੈਗੇ ਬਿੱਟੂ ਬੱਟੀ ਅਤੇ ਮੰਗਲ ਧੂਰਕੋਟ ਸੁੱਖਾ ਬੰਧਣੀ ਵਾਲਾ ਅਵਿਨਾਸ਼ ਇਹ ਸਾਰੇ ਇਕੱਠੇ ਹੁੰਦੇ ਆ ਇਹ ਗੱਡੀ ਮਗਰ ਲਾ ਦਿੰਦੇ ਹੈਗੇ ਇਹਨਾਂ ਨੂੰ ਪੂਰਾ ਕਲੀਅਰਲੀ ਪਤਾ ਲੱਗ ਜਾਂਦਾ ਵੀ ਗੱਡੀ ਇੱਕ ਗੱਡੀ ਦੇ ਵਿੱਚ ਵੀਲੇ ਵਾਲਾ ਰਿੰਕੂ ਹੈਗਾ ਕਿਉਂਕਿ ਇਹਨਾਂ ਦਾ ਜਿਹੜਾ ਮਤਲਬ ਪੇਚ ਪੂਰਾ ਫਸ ਜਾਂਦਾ ਹੁੰਦਾ ਹੈਗਾ ਕਿਉਂਕਿ ਬੂਟੇ ਹੋਣੀ ਜਿਹੜੇ ਹਰਦੀਪ ਹੋਣੀ ਫਿਰ ਉਹਨਾਂ ਦੀ ਸੈਟਿੰਗ ਉਹਨਾਂ ਨਾਲ ਹੋਈ ਹੁੰਦੀ ਆ ਕਈ ਪਰਚਿਆਂ ਦੇ ਵਿੱਚ ਰਿੰਕੂ ਹੋਣਾਂ ਦੇ ਕੇਸ ਵਰਨੇ ਗਏ ਅਤੇ ਲੈਂਬਰ ਹੋਣਾਂ ਦੇ ਇਹ ਜਦੋਂ ਗੱਡੀ ਪਿੱਛੇ ਲਾ ਦਿੰਦੇ ਇੱਕ ਗੱਡੀ ਜਗਰਾਮਾ ਸਾਈਡ ਮੁੜ ਜਾਂਦੀ ਹੈ ਅਤੇ ਦੂਜੀ ਗੱਡੀ ਮੁੜ ਜਾਂਦੀ ਹੈ ਕਿ ਸਿੱਧੀ ਰੈਕੋਰਡ ਦੇ ਅੰਦਰ ਐਂਟਰ ਕਰ ਜਾਂਦੀ ਹੈ ਟਾਹਲੀਆਣਾ ਸਾਹਿਬ ਵੱਲੋਂ ਟਾਹਲੀਆਣਾ ਸਾਹਿਬ ਦੀ ਡਿਊਟੀ ਕੋਲ ਜਦੋਂ ਗੱਡੀ ਉਹ ਪਹੁੰਚਦੀ ਆ ਇਹ ਫਾਇਰ ਖੋਲ੍ਹ ਦਿੰਦੇ ਆ ਕਾਫੀ ਫਾਇਰ ਉਹ ਗੱਡੀ 'ਚ ਮਾਰਦੇ ਹੈਗੇ ਪਰ ਉਹ ਗੱਡੀ ਦੇ ਵਿੱਚ ਰਿੰਕੂ ਨਹੀਂ ਹੁੰਦਾ ਉਹ ਗੱਡੀ ਦੇ ਵਿੱਚ ਹੁੰਦਾ ਬੇਅੰਤ ਤਲਵੰਡੀ ਵਾਲਾ ਅਤੇ ਨਾਲ ਉਹਦੇ ਹੁੰਦਾ ਰੈਕੋਰਡ ਤੋਂ ਟੈਂਟੂ ਉਸ ਤੋਂ ਬਾਅਦ ਉਹ ਇੱਕ ਐਸੀ ਘੜੀ ਆਉਂਦੀ ਆ ਜਿਹੜੀ ਘੜੀ ਦੇ ਵਿੱਚ ਬਿੱਟੂ ਨੇ ਟਿਕਣਾ ਹੁੰਦਾ ਪਰ ਟਿਕਣ ਦੀ ਥਾਂ 'ਤੇ ਬਿੱਟੂ ਉਹ ਪਰਚੇ 'ਚੋਂ ਭਗੌੜਾ ਹੋ ਜਾਂਦਾ ਉਹ ਸਾਰੇ ਉਹ ਪਰਚਿਆਂ 'ਚੋਂ ਭਗੌੜਾ ਹੋ ਜਾਂਦੇ ਆ ਉਸ ਤੋਂ ਬਾਅਦ ਭਗੌੜੇ ਹੁੰਦੇ ਹੁੰਦੇ ਕਾਫੀ ਕੰਮ ਕਰਦੇ ਆ ਇਸੇ ਵਿੱਚ ਨੂੰ ਹੀ ਜੱਸੇ ਵੱਲੋਂ ਜਿਹੜਾ ਗਾ ਮਲਕੀਤ ਸਿੰਘ ਕੀਤੂ ਵਾਲਾ ਕੰਮ ਹੁੰਦਾ ਉਹ ਹੋ ਜਾਂਦਾ ਗਾ ਹੋਰ ਵੀ ਸਰਗਰਮੀ ਇਹਨਾਂ ਦੀਆਂ ਵੱਧ ਜਾਂਦੀਆਂ ਨੇਗੀਆਂ ਚੱਲਦੀ ਚੱਲਦੀ ਸਰਗਰਮੀ ਨੂੰ 2012 ਦੇ ਵਿੱਚ ਚੰਡੀਗੜ੍ਹ ਇਹਨਾਂ ਨੂੰ ਪਤਾ ਲੱਗਦਾ ਉਦੋਂ ਇਹ ਹੁੰਦੇ ਆ ਕਿ ਭਗੌੜੇ ਬਿੱਟੂ ਮਹਿਲਕਲਾਂ ਬੱਟੀ ਮਹਿਲਕਲਾਂ ਜੱਸਾ ਬਿਲਾਸਪੁਰ ਹਰਪ੍ਰੀਤ ਟੂਸਾ ਇੰਦਰਜੀਤ ਢਿੱਲਵਾਂ
चंडीगढ़ फिरते होंगे है बाई सैक्टर तरनी हूँ दस जाते हैं जो इन्हों अखा अखा पैंने तरनी कार्ड फड़ा आया होंगे बिक्रमजीत मजीठिए उस तो बाद कितने रोटी राटी खाना आया होंगे गा किसी ढाबे से तो इन्हों देख के गड्डी बैठ जाता गड्डी भजा लेंदा है क्योंकि तरनी बिल वाले रिंकू का बंदा होंगे गा तो यह फिर पिछे नहीं जाके उसकी गड्डी से फायर खोल देंगे है फायर खोलने तो बाद इदा ही तुरे फिरते है कद कोई काम करता कित कोई काम करता एक्सीडेंट एक होंगे गा एक्सीडेंट के फिर बिट्टू से सट लगती है तो बिट्टू अरैसट भी हो जाता गा फिर सारे बंदे जिम्मे हौली हौली बट्टी अड फड़िया गया डेराबासी गोली चली सी बट्टी के लाते दुबारी गोली लग गई सी इदा करके बिट्टू अरैसट हो जाता गा अरैसट होने तो बाद जेल चलिया जाता गा बिट्टू जेल के बिचों भी अपना वो सर्कल उन्ना ही कायम रखता उन्ना ही स्टैंड रखता सारे बंदे जोड़ के 2013 तो लैके 17 18 तक जिन्ना भी कालजों के मोगे लुधियाने बरनाले पोस्टर लगते हैं तो बिट्टू वालों लवाए जाते हैं बिल्कुल वालों तो दो बार रिकॉर्ड तोड़ जेल के बैठा बिट्टू कट्ठ करता एक बार कट्ठ होंदा रणजीत तलवंडी के कहण से जगदेव तलवंडी की बरसी तो रैकोट 300 गड्डी कही होंगी है तो एक बार रणजीत तलवंडी के कहण से ईसडू 200 to 250 गड्डी कही होंगी है मतलब रिकॉर्ड तोड़ कट्ठ हो जाता गा तो मन के होर भी जोड़े बिट्टू के विरोधी खेमे होंगे उन्होंने वाधिया जाए ने गियां भी जो ये लाइन ही यह जी है तो उस तो बाद बिट्टू बहर आता गा 2017 बिट्टू 16 लास्ट 17 च पर थोड़े टाइम बाद बिट्टू फिर जेल जाना पै जाता गा भगौड़ा होना पै जाता जेल जाना पैंता क्योंकि लाइफ ही यही आ टाइम बहुत लंबा टाइम पीरियड बहुत लंबा हो चुका होंगे क्योंकि दलदल बंदा दसदा ही जाता गा प्रॉपरली तौर पर बिट्टू चलते सिलसिलों के बाहर आता गा 2018-19 के 2018 लास्ट 19 के स्टार्टिंग उस तो बाद की होंगे ट्रक ऑपरेटर के कहण से बिट्टू सर्बसम्मति ने ट्रक यूनियन का प्रधान बनाया जाता गा